ਵੈਸੇ ਤਾਂ ਹਸਪਤਾਲ ਦੇ ਵਿੱਚ ਮਰੀਜ਼ਾਂ ਦਾ ਹਾਲ ਪੁੱਛਣ ਆਈਦਾ, ਪਰ ਅੱਜ ਅਸੀਂ ਹਸਪਤਾਲ ਦੇ ਵਿੱਚ ਹਸਪਤਾਲ ਦਾ ਹੀ ਹਾਲ ਪੁੱਛਣ ਪਹੁੰਚੇ ਹਾਂ। ਜਦੋਂ ਹਸਪਤਾਲ ਨੂੰ ਹਸਪਤਾਲ ਦਾ ਹਾਲ ਪੁੱਛਿਆ ਤਾਂ ਉਹ ਕਹਿੰਦਾ ਬਾਈ ਜੀ ਮੇਰੀ ਤਬੀਅਤ ਠੀਕ ਨਹੀਂ ਹੈ, ਜੋ ਕੁਝ ਲੀਡਰ ਕਹਿੰਦੇ ਨੇ ਉਹ ਮੈਨੂੰ ਹਜ਼ਮ ਨਹੀਂ ਹੁੰਦਾ। ਬਈ ਜਿੱਥੇ ਪਰਚੀ ਕੱਟਦੇ ਆ, ਜੇ ਕੋਈ ਛਾਤੀ ਵਾਲਾ ਦਿਖਾਉਣ ਜਾ ਰਿਹਾ ਛਾਤੀ ਦੇ ਰੋਗਾਂ ਵਾਲਾ, ਉਹਨੂੰ ਕਹਿੰਦੇ ਵੀ ਡਾਕਟਰ ਨਹੀਂ ਆਇਆ। ਜੇ ਕੋਈ ਅੱਖਾਂ ਵਾਲਾ ਦਿਖਾਉਣ ਜਾ ਰਿਹਾ ਉਹਨੂੰ ਵੈਸੇ ਕਹਿੰਦੇ ਅੱਖਾਂ ਦਿਖਾ ਦਿੱਤੀਆਂ। 300-350 ਬੰਦਾ ਜਿਹੜਾ ਮਰੀਜ਼ ਇੱਥੇ ਹੋ ਗਿਆ ਸੀਗਾ, ਅਤੇ ਹਰ ਇੱਕ ਨੂੰ ਇਹੀ ਕਿਹਾ ਜਾਂਦਾ ਸੀ ਵੀ ਸਕਿੰਨ ਵਾਲੇ ਨਾ ਖੜਿਓ ਜੀ, ਅਤੇ ਚਮੜੀ, ਦੂਜੇ ਆਪਣੇ ਛਾਤੀ ਦੇ ਰੋਗਾਂ ਵਾਲੇ ਆ, ਕੋਈ ਅੱਖਾਂ ਵਾਲਾ, ਉਹ ਸਾਰੇ ਨੂੰ ਹਾਕਾਂ ਵੱਜਣ ਲੱਗ ਗਈਆਂ ਵੀ ਉਹ ਪਰਚੀ ਨਾ ਜੀ ਕਟਵਾਓ। ਅਤੇ ਆਹ ਦਾਅਵੇ ਕਰਨੇ ਵਾਲੀ ਸਰਕਾਰ, ਅਸੀਂ ਆਮ ਆਦਮੀ ਕਲੀਨਿਕ ਖੋਲ੍ਹਤਾ ਜੀ, ਅਸੀਂ ਆਹ ਕਰਤਾ, ਅਸੀਂ ਹੋਸਪਿਟਲਾਂ ਨੂੰ ਬਹੁਤ ਲੈ ਗਏ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਜ਼ਿਲ੍ਹੇ ਦਾ ਹੋਸਪਿਟਲ ਹੋਵੇ ਡਿਸਟ੍ਰਿਕਟ ਦਾ, ਅਤੇ ਉੱਥੇ ਆਹ ਹਾਲਾਤ ਆ ਵੀ ਉੱਥੇ 400-500 ਬੰਦਾ ਜਿਹੜਾ ਮਰੀਜ਼ ਮੁੜ ਕੇ ਜਾਂਦਾ ਹੋਵੇ। ਐਡੇ ਐਡੀ ਐਡਵਰਟਾਈਜਮੈਂਟ, ਐਡੇ ਐਡਾ ਕਰੋੜਾਂ ਰੁਪਈਆ ਇਹਨਾਂ ਨੇ ਲਾ ਤਾ ਜੀ, ਅਸੀਂ ਆਹ ਕੀਤਾ, ਅਸੀਂ ਉਹ ਕੀਤਾ, ਦਿੱਲੀ ਆਹ ਕਰਦੇ ਸੀ, ਆਹ ਹਾਲਾਤ ਦੇਖ ਲਓ ਹੋਸਪਿਟਲ ਦੇ। ਦਿਲਜਾਰ ਸਿੰਘ ਜੀ ਉਹ ਕਹਿ ਰਹੇ ਵੀ ਸਮਾਂ ਦੇ ਦਿਓ ਭਾਈ, 70 ਸਾਲ ਦਾ ਗੰਦ ਪਿਆ ਹੋਇਆ, ਇਹਨੂੰ ਹੁੰਝਣ ਦੇ ਲਈ ਸਮਾਂ ਲੱਗਦਾ ਹੁੰਦਾ, ਵੀ ਇੰਨੀ ਕਾਹਲੀ ਨਾ ਕਰਿਆ ਕਰੋ। ਇਲੈਕਸ਼ਨ ਤੋਂ ਪਹਿਲਾਂ ਤਾਂ ਕਹਿੰਦੇ ਅਸੀਂ ਇੱਦਾਂ ਕੰਮ ਕਰਾਂਗੇ, ਚੁਟਕੀਆਂ 'ਚ MSP ਦੇਵਾਂਗੇ, 24 ਘੰਟੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਵੀ ਕਿਸ ਕਿਸ ਗੱਲ 'ਚ ਸਮਾਂ ਦਈਏ। ਮਤਲਬ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਤੁਸੀਂ ਕੰਮ ਕਰਦੇ ਹੋ, ਸਮਾਂ ਤੁਹਾਨੂੰ ਹੋਰ ਕਿੰਨਾ ਚਾਹੀਦਾ? ਲੋਕਾਂ ਨੂੰ ਮੂਰਖ ਨਹੀਂ ਬਾਈ ਜੀ, ਸਿਹਤ ਦਾ ਤਾਂ ਲੋਕਾਂ ਦੀ ਤਾਂ ਧਿਆਨ ਰੱਖਿਆ ਹੀ ਜਾਂਦਾ, ਇਹ ਗੱਲ ਨਹੀਂ ਤੁਸੀਂ ਕਹਿ ਸਕਦੇ। ਡੱਲੇਵਾਲ ਸਾਹਿਬ ਨੇ ਉਹ ਕਰਨਾ ਸੀ ਜੀ, ਪਰ ਦੇਖੋ ਉਹ ਕਹਿੰਦੇ ਸਾਨੂੰ ਇੰਨਾ ਫਿਕਰ ਹੋਇਆ ਸਿਹਤ ਦਾ ਜੀ, ਉਹਨਾਂ ਨੇ ਚੱਕ ਕੇ ਜੀ ਦੇਖੋ DMC ਪਜਾਇਆ ਜੀ ਉਹਨਾਂ ਨੂੰ। ਤੁਸੀਂ ਕਿਵੇਂ ਵੇਖਦੇ ਹੋ ਡੱਲੇਵਾਲ ਸਾਹਿਬ ਨੂੰ ਸਿਹਤ ਦਾ ਕਹਿ ਦਿੱਤਾ ਗਿਆ, ਇੱਥੇ ਭਾਈ ਸਿਹਤ ਦਾ ਕਿਸੇ ਦਾ ਧਿਆਨ ਹੀ ਨਹੀਂ। ਇਹ ਵੀ ਬੰਦ ਹੈ ਜੀ, ਅੱਖਾਂ ਦੇ ਮਾਹਿਰ ਬੰਦ ਹੈ। ਪੁਨੀਤ ਸੈਣੀ ਜੀ ਹੈ ਨਹੀਂ, ਇੱਕ ਡਾਕਟਰ ਲਵਨੀਨ ਜੀ ਇਹ ਵੀ ਨਹੀਂ ਹੈਗੇ ਜੀ, ਇਹ ਵੀ ਜਿੰਦਾ ਲੱਗਾ ਹੋਇਆ। ਸੋ ਅੱਗੇ ਵੀ ਆਹ ਦੇਖ ਲਓ ਜੀ। ਵੈਸੇ ਤਾਂ ਹਸਪਤਾਲ ਦੇ ਵਿੱਚ ਮਰੀਜ਼ਾਂ ਦਾ ਹਾਲ ਪੁੱਛਣ ਆਈਦਾ, ਪਰ ਅੱਜ ਅਸੀਂ ਹਸਪਤਾਲ ਦੇ ਵਿੱਚ ਹਸਪਤਾਲ ਦਾ ਹੀ ਹਾਲ ਪੁੱਛਣ ਪਹੁੰਚੇ ਹਾਂ। ਅਤੇ ਜਦੋਂ ਹਸਪਤਾਲ ਨੂੰ ਹਸਪਤਾਲ ਦਾ ਹਾਲ ਪੁੱਛਿਆ ਤਾਂ ਉਹ ਕਹਿੰਦਾ ਬਾਈ ਜੀ ਮੇਰੀ ਤਬੀਅਤ ਠੀਕ ਨਹੀਂ ਹੈ, ਜੋ ਕੁਝ ਲੀਡਰ ਕਹਿੰਦੇ ਨੇ ਉਹ ਮੈਨੂੰ ਹਜ਼ਮ ਨਹੀਂ ਹੁੰਦਾ। ਵੈਂਟੀਲੇਟਰ 'ਤੇ ਲੱਗਿਆ ਹੋਇਆ, ਔਖੇ ਔਖੇ ਸਾਹ ਲੈ ਰਿਹਾ ਸੀ। ਇਹ ਰੂਪਨਗਰ ਦਾ ਸਿਵਲ ਹਸਪਤਾਲ, ਇੱਥੇ ਮਰੀਜ਼ ਤਾਂ ਸਾਨੂੰ ਨਜ਼ਰ ਆਏ ਨਹੀਂ, ਪਰ ਪਤਾ ਲੱਗਾ ਕਹਿੰਦੇ ਇਸ ਤੋਂ ਪਹਿਲਾਂ ਥੋੜ੍ਹਾ ਹੰਗਾਮਾ ਹੁੰਦਾ ਹੈ, ਅਤੇ ਨਾਲ ਥੋੜ੍ਹੀ ਜਿਹੀ ਗੱਲਬਾਤ ਇਹ ਵੀ ਹੁੰਦੀ ਹੈ ਬਈ ਜਿੱਥੇ ਪਰਚੀ ਕੱਟਦੇ ਆ, ਜੇ ਕੋਈ ਛਾਤੀ ਵਾਲਾ ਦਿਖਾਉਣ ਜਾ ਰਿਹਾ ਛਾਤੀ ਦੇ ਰੋਗਾਂ ਵਾਲਾ, ਉਹਨੂੰ ਕਹਿੰਦੇ ਵੀ ਡਾਕਟਰ ਨਹੀਂ ਆਇਆ। ਜੇ ਕੋਈ ਅੱਖਾਂ ਵਾਲਾ ਦਿਖਾਉਣ ਜਾ ਰਿਹਾ ਉਹਨੂੰ ਕਹਿੰਦੇ ਜੀ ਭਾਈ, ਉਹਨੂੰ ਵੈਸੇ ਕਹਿੰਦੇ ਅੱਖਾਂ ਦਿਖਾ ਦਿੱਤੀਆਂ ਵੀ ਤੂੰ ਵੀ ਚੱਲ ਜਾ ਬਾਈ ਜੀ, ਅਤੇ ਇੱਥੇ ਡਾਕਟਰ ਨਹੀਂ ਹੈਗਾ ਅੱਖਾਂ ਵਾਲਾ। ਸਕਿੰਨ ਦੇ ਡਾਕਟਰ ਦੀ ਗੱਲ ਕੀਤੀ ਆ ਤਾਂ ਸਕਿੰਨ ਵਾਲਾ ਵੀ ਨਹੀਂ ਕਹਿੰਦੇ ਆਇਆ ਜੀ, ਅਤੇ ਇੱਕ ਮੈਡੀਸਨ ਵਾਲੇ ਆ ਜੀ ਕਹਿੰਦੇ ਉਹ ਟ੍ਰੇਨਿੰਗ 'ਤੇ ਚਲੇ ਗਏ ਆ। ਮਤਲਬ ਕਿ ਜਿਹੜੇ ਰੋਗ ਦੀ ਗੱਲ ਕਰੀਏ ਉਹ ਡਾਕਟਰ ਜਾਂ ਤਾਂ ਛੁੱਟੀ 'ਤੇ ਆ ਜੀ, ਜਾਂ ਫਿਰ ਕਹਿੰਦੇ ਜੀ ਟ੍ਰੇਨਿੰਗ ਲੱਗ ਗਈ ਆ। ਸੋ ਹਸਪਤਾਲ ਹੈ, ਅਤੇ ਬਾਈ ਜੀ ਹੋਰੀ ਸਾਡੇ ਨਾਲ ਨੇ, ਇਹਨਾਂ ਬਾਈ ਜੀ ਨੇ ਮੈਨੂੰ ਫੋਨ ਕੀਤਾ, ਜਸਪ੍ਰੀਤ ਸਿੰਘ ਹੋਰਾਂ ਨੇ, ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਤੋਂ ਨੇ, ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਜੁਝਾਰ ਸਿੰਘ ਜੀ।
ਜੁਝਾਰ ਸਿੰਘ ਜੀ, ਵੈਸੇ ਤਾਂ ਹਸਪਤਾਲ ਦੇ ਵਿੱਚ ਜਿਵੇਂ ਦੱਸਿਆ ਵੀ ਮਰੀਜ਼ਾਂ ਦਾ ਹਾਲ ਜਾਣਨ ਆਈਦਾ, ਪਰ ਅੱਜ ਤੁਸੀਂ ਹਸਪਤਾਲ ਦਾ ਹੀ ਹਾਲ ਪੁੱਛਣ ਆ ਗਏ ਜੀ। ਬਿਲਕੁਲ ਜੀ, ਹਾਲਾਤ ਦੇਖ ਲਓ, ਸਰਕਾਰ ਮੇਰਾ ਖਿਆਲ ਸਭ ਨਾਲੋਂ ਹੋਰ ਸਰਕਾਰਾਂ ਵੀ ਹੈਗੀਆਂ ਸੀ, ਇਹ ਸਿਰਫ ਐਡਵਰਟਾਈਜਮੈਂਟ ਦੀ ਸਰਕਾਰ ਹੈਗੀ ਆ। ਐਡੇ ਐਡਵਰਟਾਈਜਮੈਂਟ, ਐਡਾ ਕਰੋੜਾਂ ਰੁਪਈਏ ਇਹਨਾਂ ਨੇ ਲਾ ਤਾ ਜੀ, ਅਸੀਂ ਆਹ ਕੀਤਾ ਸੀ, ਉਹ ਕੀਤਾ, ਦਿੱਲੀ ਆਹ ਕਰਦੇ ਸੀ, ਆਹ ਹਾਲਾਤ ਦੇਖ ਲਓ ਹੋਸਪਿਟਲ ਦੇ। ਇੱਥੇ ਮੇਰਾ ਖਿਆਲ 7 ਤੋਂ 8 ਦੇ ਕਰੀਬ ਅੱਜ ਡਾਕਟਰ ਨਹੀਂ ਹੈਗੇ, ਅਤੇ ਜਿਹੜੇ ਹੈਗੇ ਉਹ ਟ੍ਰੇਨਿੰਗ 'ਤੇ ਗਏ ਹੋਏ ਆ 1-2, ਅਤੇ ਪਿੱਛੇ ਬੈਕ ਡਾਕਟਰ ਨਹੀਂ ਹੈਗਾ ਉਹਨਾਂ ਦੇ। ਹਾਲਾਤ ਜ਼ਿਲ੍ਹੇ ਦਾ ਹੋਸਪਿਟਲ ਆ 300-400 ਦੇ ਕਰੀਬ ਮੇਰਾ ਖਿਆਲ ਅੱਜ ਇੱਥੋਂ ਮਰੀਜ਼ ਮੁੜ ਕੇ ਗਏ ਹੋਣੇ ਆ। ਆਮ ਰੂਟੀਨ 'ਚ ਇੱਥੇ 700 ਦੇ ਕਰੀਬ ਹੁੰਦੀ ਆ ਪਰਚੀ, ਅੱਜ 400 ਕੁਛ ਪਰਚੀ ਹੈਗੀ ਆ। ਇਹ ਹਾਲਾਤ ਆ ਜ਼ਿਲ੍ਹੇ ਦੇ ਹੋਸਪਿਟਲ ਦੇ ਰੋਪੜ ਦੇ। ਸਰਕਾਰ ਤਾਂ ਲਗਾਤਾਰ ਦਾਅਵੇ ਕਰਦੇ ਹੋ ਕਿ ਨਹੀਂ ਹੁਣ ਹਸਪਤਾਲਾਂ ਦੇ ਹਾਲਾਤ ਭਾਈ ਸੁਧਰ ਗਏ ਆ, ਹੁਣ ਤਾਂ ਆਮ ਆਦਮੀ ਪਾਰਟੀ ਦਾ ਕਲੀਨਿਕ ਵੀ ਆ ਗਿਆ ਜੀ ਇੱਕ, ਉਹ ਹੋ ਸਕਦਾ ਕਲੀਨਿਕ 'ਚ ਸ਼ਿਫਟ ਹੋ ਗਏ ਹੁਣ ਲੋਕ ਜੀ? ਬਿਲਕੁਲ ਜੀ, ਇਹਨਾਂ ਨੇ ਮਤਲਬ ਇੱਕ ਸ਼ੋਸ਼ੇ ਕਰਤੇ ਆ, ਹੈ ਨਾ, ਉਹ ਲੋਕਾਂ ਨੂੰ ਭਰਮਾਉਣ ਵਾਸਤੇ ਵੀ ਆਮ ਆਦਮੀ ਕਲੀਨਿਕ ਜਿਹੜਾ ਮਾੜਾ ਮੋਟਾ ਸਿਸਟਮ ਚੱਲਦਾ ਸੀ ਉਹ ਵੀ ਵਿਗਾੜਤਾ ਜੀ। ਇੱਥੇ ਜਿਹੜੇ ਐਮਰਜੈਂਸੀ ਲੋਕ ਆਉਂਦੇ ਸੀ ਉਹਨਾਂ ਦੇ ਹਾਲਾਤ, ਗਰੀਬ ਵਿਚਾਰੇ ਜਿਹੜੇ ਇਹਨਾਂ ਨਹੀਂ ਬਾਹਰ ਦਵਾ ਅਫੋਰਡ ਕਰ ਸਕਦੇ, ਉਹ ਇੱਥੋਂ ਦਵਾਈ ਲੈਂਦੇ ਸੀ, ਉਹਨਾਂ ਨੂੰ ਵੀ ਹੁਣ ਡਾਕਟਰ ਨਹੀਂ ਮਿਲਦੇ ਇੱਥੇ ਹੁਣ। ਮਤਲਬ ਇਹ ਸਿਰਫ ਗੱਲਾਂ ਹੀ ਆ ਜੀ ਇਹਨਾਂ ਦੀਆਂ, ਸਾਰਾ ਕੁਛ ਗੱਲਾਂ 'ਚ ਹੀ ਰਹਿ ਗਿਆ, ਅਖਬਾਰਾਂ 'ਚ ਨਿਊਜ਼ 'ਚ ਹੀ ਰਹਿ ਗਿਆ ਆ, ਗਰਾਊਂਡ ਰਿਐਲਿਟੀ ਕੁਛ ਹੋਰ ਆ। ਜਸਪਾਲ ਸਿੰਘ ਜੀ, ਮੈਨੂੰ ਫੋਨ ਕੀਤਾ ਸੀ, ਤੁਸੀਂ ਕੀਤਾ ਸੀ ਜੀ ਫੋਨ ਮੈਨੂੰ, ਅਤੇ ਜਸਪ੍ਰੀਤ ਸਿੰਘ, ਅਤੇ ਤੁਸੀਂ ਮੈਨੂੰ ਫੋਨ ਕੀਤਾ, ਅਤੇ ਕਿਵੇਂ ਬਾਈ ਜੀ ਹਾਲਾਤ ਕਿਵੇਂ ਦੇ ਸੀ ਉਦੋਂ? ਮੈਂ ਜਸਪ੍ਰੀਤ ਸਿੰਘ, BKU ਖੋਸਾ, ਜ਼ਿਲ੍ਹਾ ਪ੍ਰਧਾਨ ਜੀ। ਅਤੇ ਅੱਜ ਸਵੇਰੇ ਮੈਂ ਮੈਡੀਸਨ ਲਈ ਮਿਸਿਜ਼ ਢਿੱਲੇ ਸੀਗੇ, ਸਾਹ ਦੀ ਪ੍ਰੋਬਲਮ ਸੀ, ਉਹਦੇ ਲਈ ਮੈਂ 8 ਵਜੇ ਪਹੁੰਚ ਗਿਆ ਇੱਥੇ। ਤਕਰੀਬਨ 8 ਵਜੇ ਹੋਊਗਾ 100 ਕੁ ਬੰਦਾ ਜਿਹੜਾ ਮਰੀਜ਼ ਸੀਗਾ ਇੱਥੇ, ਅਤੇ 9 ਵਜੇ ਜਦੋਂ ਇਹਨਾਂ ਦਾ ਖੁੱਲ੍ਹਦਾ ਪਰਚੀ ਦੇਣ ਦਾ ਸਿਸਟਮ ਖੁੱਲ੍ਹਦਾ, ਅਤੇ ਉਸ ਟਾਈਮ 350 ਬੰਦਾ ਜਿਹੜਾ ਮਰੀਜ਼ ਇੱਥੇ ਹੋ ਗਿਆ ਸੀਗਾ। ਅਤੇ ਹਰ ਇੱਕ ਨੂੰ ਇਹੀ ਕਿਹਾ ਜਾਂਦਾ ਸੀ ਵੀ ਸਕਿੰਨ ਵਾਲੇ ਨਾ ਖੜਿਓ ਜੀ, ਅਤੇ ਚਮੜੀ, ਦੂਜੇ ਆਪਣੇ ਛਾਤੀ ਦੇ ਰੋਗਾਂ ਵਾਲੇ ਆ, ਕੋਈ ਅੱਖਾਂ ਵਾਲਾ, ਉਹ ਸਾਰੇ ਨੂੰ ਹੱਕਾਂ ਵੱਜਣ ਲੱਗ ਗਈਆਂ ਵੀ ਉਹ ਪਰਚੀ ਨਾ ਜੀ ਕਟਵਾਓ, ਉਹ ਡਾਕਟਰ ਨਹੀਂ ਜੀ ਹੈਗੇ। ਅਤੇ ਮੈਂ ਵੀ ਕਟਵਾਈ, ਅਤੇ ਮੈਂ ਜਦੋਂ ਦੇਖਿਆ ਜਾ ਕੇ ਉਹੀ ਹਾਲਾਤ, 300-400 ਬੰਦਾ, ਮੈਂ ਕਹਿੰਦਾ ਇੱਥੇ 10-10:30 ਉਹ ਹਾਲਾਤ ਹੋਏ ਮਰੀਜ਼ਾਂ ਦੇ। ਅਤੇ ਆਹ ਦਾਅਵੇ ਕਰਨੇ ਵਾਲੀ ਸਰਕਾਰ, ਅਸੀਂ ਆਮ ਆਦਮੀ ਕਲੀਨਿਕ ਖੋਲ੍ਹਤਾ ਜੀ, ਅਸੀਂ ਆਹ ਕਰਤਾ ਸੀ, ਹੋਸਪਿਟਲਾਂ ਨੂੰ ਬਹੁਤ ਲੈ ਗਏ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਜ਼ਿਲ੍ਹੇ ਦਾ ਹੋਸਪਿਟਲ ਹੋਵੇ ਡਿਸਟ੍ਰਿਕਟ ਦਾ, ਅਤੇ ਉੱਥੇ ਆਹ ਹਾਲਾਤ ਆ ਵੀ ਉੱਥੇ 400-500 ਬੰਦਾ ਜਿਹੜਾ ਮਰੀਜ਼ ਮੁੜ ਕੇ ਜਾਂਦਾ ਹੋਵੇ, ਕੋਈ ਕੋਈ ਸੁਵਿਧਾ ਨਹੀਂ ਹੈ। ਤੁਸੀਂ ਬਾਥਰੂਮ ਜਾ ਕੇ ਦੇਖੋ, ਮੈਂ ਗਿਆ ਬਾਥਰੂਮ, ਉੱਥੇ ਹਾਲਾਤ ਦੇਖੋ ਇਹਨਾਂ ਦੇ ਕੀ ਨੇ, ਇਹ ਗੱਲਾਂ ਕਿਹੜੀਆਂ ਕਰਦੇ ਨੇ। MLA ਚੜਾ ਸਾਹਿਬ ਇੱਥੇ ਬੈਠੇ ਨੇ, ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਵੀ ਸਾਡੇ ਇੱਥੇ ਨਹੀਂ ਹੈਗੇ। ਉਹ ਕਹਿੰਦੇ ਕਰ ਰਹੇ ਹਾਂ ਜੀ, 70 ਸਾਲ ਦਾ ਗੰਦ ਪਿਆ ਹੋਇਆ, ਕਰਨਗੇ, ਸਮਾਂ ਲੱਗੂਗਾ ਉਹਨਾਂ ਨੂੰ, ਹਜੇ ਬਹੁਤ ਸਮਾਂ ਲੱਗਣਾ ਹਜੇ ਉਹਨਾਂ ਨੂੰ ਕਰਦਿਆਂ ਨੂੰ। 2 ਟਰਮਾਂ ਲੱਗੇ ਜਾਣੀਆਂ ਜੀ, 2 ਟਰਮਾਂ ਲੱਗ ਜਾਣੀਆਂ ਉਹਨਾਂ ਨੂੰ, ਦੇਖ ਰਿਹਾ ਵੀ ਮੈਂ ਅਸੀਂ 2 ਟਰਮਾਂ ਹੋਰ ਲੈਣੀਆਂ, ਉਹ ਕਰਨਗੇ ਮੈਨੂੰ ਲੱਗਦਾ, ਗੱਲਾਂ 'ਚ ਕਰਨਗੇ। ਅਤੇ ਆਮ ਆਦਮੀ ਕਲੀਨਿਕ ਜਿਹੜੇ ਖੋਲ੍ਹੇ ਨੇ ਉੱਥੇ ਜਾ ਕੇ ਦੇਖ ਲਓ, ਕੋਈ ਸੁਵਿਧਾ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗੇ, ਡਾਕਟਰ ਹਜੇ ਟ੍ਰੇਨਿੰਗ 'ਤੇ ਨੇ ਜੀ ਉਹਨਾਂ ਦੇ। ਆ ਐਡਾ ਹੋਸਪਿਟਲ ਹੋਵੇ ਜ਼ਿਲ੍ਹੇ ਦਾ ਯਾਰ, ਉੱਥੇ ਡਾਕਟਰ ਨਾ ਹੋਣ, 7 ਡਾਕਟਰ ਇੱਥੋਂ ਗਾਇਬ ਨੇ ਜੀ, ਕੋਈ ਛੁੱਟੀ 'ਤੇ ਆ, ਚਲੋ ਉਹਨਾਂ ਦਾ ਲਾ ਏ, ਆਪਣੇ ਛੁੱਟੀ ਲੈ ਰਹੇ ਨੇ, ਅਤੇ ਉਹਦਾ ਪ੍ਰਬੰਧ ਕਿਹਨੇ ਕਰਨਾ? ਸਰਕਾਰ ਨੇ ਕਰਨਾ ਨਾ ਜੀ। MLA ਕੀ ਦੇਖ ਰਿਹਾ ਜਾਂ ਹੋਰ ਕੀ ਦੇਖ ਰਹੇ ਨੇ? SMO ਸਾਹਿਬ ਨੂੰ ਮੈਂ ਪਹੁੰਚ ਕੀਤੀ, SMO ਸਾਹਿਬ ਕਹਿੰਦੇ ਵੀ ਜੀ ਅਸੀਂ ਤਾਂ ਲਿਖ ਕੇ ਦੇ ਚੁੱਕੇ ਹਾਂ, ਸਾਡੇ ਕੋਲ ਹੱਥ ਖੜੇ ਨੇ ਜੀ। ਸਿਵਲ ਸਰਜਨ ਨੂੰ ਮਿਲੇ ਅਤੇ ਉਹ ਵੀ ਕਹਿੰਦੇ ਜੀ ਅਸੀਂ ਤਾਂ ਬਹੁਤ ਵਾਰ ਲਿਖ ਕੇ ਦੇ ਚੁੱਕੇ ਹਾਂ, ਕੋਈ ਸਾਡੇ ਹੱਥ ਖੜੇ ਆ ਜੀ, ਸਾਡੇ ਕੋਲ ਅਸਾਮੀਆਂ ਬਹੁਤ ਜ਼ਿਆਦਾ ਨੇ, ਡਾਕਟਰ ਹੈ ਹੀ ਨਹੀਂ। ਇਹ ਹਾਲਾਤ ਨੇ ਸਰਕਾਰ ਦੇ, ਗੱਲਾਂ ਭਗਵੰਤ ਮਾਨ ਕਰਦਾ ਜੀ, ਇੰਨੇ ਅਸੀਂ ਭਰਤੀ ਕਰ ਲਏ ਜੀ, ਆਹ ਕਰ ਲਿਆ, ਉਹ ਕਰ ਲਿਆ, ਸ਼ਰਮ ਆਉਣੀ ਚਾਹੀਦੀ ਆ ਕੇ ਗਰਾਊਂਡ 0 ਤੋਂ, ਤਾਂ ਦੇਖੋ ਕੀ ਹਾਲਾਤ ਨੇ ਮਰੀਜ਼ਾਂ ਦੇ।
ਮਰੀਜ਼ ਅਲੱਗ ਰਹਿੰਦੇ, ਕਿਸਾਨ ਅਲੱਗ ਰਹਿੰਦੇ, ਲੋਕ ਅਲੱਗ ਰਹਿੰਦੇ ਆ ਜੀ, ਪਰ ਸੀਟਾਂ ਫਿਰ ਆਮ ਆਦਮੀ ਪਾਰਟੀ ਨੂੰ ਤਿੰਨ ਆ ਜਾਂਦੀਆਂ। ਅਤੇ ਗਰਾਊਂਡ ਪੱਧਰ 'ਤੇ ਕੀ ਦੇਖੀਏ ਵੀ ਲੋਕ, ਕੁਛ ਲੋਕ ਤੰਗ ਹੋ ਸਕਦੇ ਆ, ਬਾਕੀ ਤਾਂ ਖੁਸ਼ਹਾਲ ਹੀ ਹੋਣਗੇ ਨਾ ਜੀ। ਫਿਰ 4-3 ਲੈ ਗਏ, ਹਾਂ 4-3 ਲੈ ਗਏ, ਸ਼ਾਇਦ ਉਧਰਲੀ ਸਾਈਡ ਕੀਤਾ ਹੋਵੇ, 4-3 ਲੈ ਗਏ ਖੁਸ਼ਹਾਲ ਹੋਣਗੇ। ਖੁਸ਼ਹਾਲ ਤਾਂ ਆਉਣ ਵਾਲੇ ਕਲੀਅਰ ਹੋ ਜਾਣਾ ਤੁਹਾਨੂੰ, ਆਉਣ ਵਾਲੀਆਂ ਵੋਟਾਂ ਜਿਨ੍ਹਾਂ ਨੂੰ ਕਲੀਅਰ ਹੋ ਜੂਗਾ ਵੀ ਕਿੰਨੇ ਖੁਸ਼ਹਾਲ ਨੇ। ਪਹਿਲਾਂ 92 ਦਿੱਤ੾ ਨੇ, ਐਕਚੁਲੀ ਦੇਖਦੇ ਕਿੰਨੇ ਕੁ ਦਿੰਦੇ ਆ ਲੋਕ ਇਹਨਾਂ ਨੂੰ, ਇਹਨਾਂ ਨੂੰ ਆਹ ਆਹ ਚੀਜ਼ 'ਤੇ ਗਰਾਊਂਡ 'ਤੇ ਜੀਰੋ 'ਤੇ ਲੋਕ ਜਿਹੜੇ ਧੱਕੇ ਖਾ ਗਏ ਉਹ ਕਿੱਥੇ ਵੋਟ ਪਾ ਦੂਗਾ ਇਹਨਾਂ ਨੂੰ, ਕੌਣ ਵੋਟ ਪਾਊਗਾ ਇਹਨਾਂ ਨੂੰ? ਆਉਣ ਵਾਲੇ ਸਮੇਂ ਨੂੰ ਇਹਨਾਂ ਨੂੰ ਕਲੀਅਰ ਕਰ ਦੇਣਾ ਵੀ 92 ਤੋਂ ਤੁਹਾਡੇ ਕੋਲ ਰਹਿੰਦੇ ਕਿੰਨੇ ਨੇ, ਸ਼ਾਇਦ 0 ਤੋਂ ਰਹਿ ਜਾਣ। ਪਰ ਇਹ ਤਾਂ ਕਹਿੰਦੇ ਜੀ ਅਸੀਂ ਰਾਜ ਹੀ ਇਹੋ ਜਿਹਾ ਲਿਆਉਣਾ, ਬਲਕਿ ਵਿਦੇਸ਼ ਤੋਂ ਜਾਂ ਹੋਰ ਸਟੇਟਾਂ ਤੋਂ ਵੀ ਲੋਕ ਇੱਥੇ ਇਲਾਜ ਕਰਨ ਆਇਆ ਕਰਨਗੇ। ਹਾਂਜੀ ਹਾਂ, ਅਤੇ ਵਿਦੇਸ਼ ਉਹ ਯਾਰ ਆਹ ਜਿਹੜੇ ਗਰੀਬ ਲੋਕ ਸਾਡੇ ਮੀਡੀਅਮ ਲੋਕ ਫਿਰਦੇ ਨੇ 10-12 ਕਿਲੋਮੀਟਰ ਵੀ, ਚੱਲ ਡਿਸਟ੍ਰਿਕਟ ਵਾਲੇ ਹਸਪਤਾਲ ਜਾ ਕੇ ਉੱਥੇ ਸੁਵਿਧਾ ਹੋਣੀ, ਉੱਥੇ ਜਾ ਕੇ ਆਉਂਦੇ ਹਾਂ, ਉਹਨਾਂ ਦਾ ਮੇਰਾ ਟਾਈਮ ਵੇਸਟ ਹੋ ਗਿਆ ਤਕਰੀਬਨ 1 ਵਜੇ, ਮੈਂ ਸਵੇਰੇ 8 ਵਜੇ ਦਾ ਆਇਆ ਹੋਇਆ, ਕਿੰਨੇ ਕੰਮ ਪਿੱਛੇ ਰਹਿ ਗਏ, ਕਿੰਨਾ ਟਾਈਮ ਵੇਸਟ ਹੋਇਆ, ਕੋਈ ਹੈ ਇਹਨਾਂ ਦੇ ਯਾਰ? ਜੇ ਤਾਂ ਆਮ ਪਰਸਨਲ ਜਿਹੜੇ ਆਮ ਲੋਕ ਨੇ ਉਹ ਕਿੱਥੇ, ਉਹਨਾਂ ਦੀ ਕੌਣ ਆਵਾਜ਼ ਉਠਾਊਗਾ ਜੀ, ਜਦ ਮੈਨੂੰ ਨਹੀਂ ਕੁਛ ਮਿਲਿਆ ਇੱਥੇ ਆ ਕੇ, ਮੈਂ ਦੇਖਿਆ ਕੁਛ ਵੀ ਨਹੀਂ ਹੈਗਾ, ਕੌਣ ਆਮ ਲੋਕ ਕੀ ਕਰਨਗੇ? ਆਮ ਲੋਕ ਤਾਂ ਫਿਰ ਗਾਹਾਂ ਨੂੰ, ਚਲੋ ਦੇਖਦੇ ਹਾਂ ਸਮਾਂ ਦੱਸੂਗਾ ਜੀ ਇਹਨਾਂ ਨੂੰ। ਆਮ ਲੋਕ ਵੀ ਤਾਂ ਫਿਰ ਜਿਹੜੇ ਉਹ ਕਹਿੰਦੇ ਜੀ ਵੀ ਨਿੱਜੀ ਹਸਪਤਾਲਾਂ ਦੇ ਵਿੱਚ ਅਸੀਂ ਤਾਂ ਇਲਾਜ ਕਰਵਾਉਣਾ ਹੈ, ਆਮ ਲੋਕਾਂ ਦੀ ਤਾਂ ਫਿਤਰਤ ਬਣ ਗਈ ਹੈ ਬਾਈ ਜੀ। ਦੇਖੋ ਜੀ ਗੱਲ ਇੱਕੇ ਕਲੀਅਰ ਹੋ ਰਿਹਾ, ਇਹਨਾਂ ਨੇ ਸਰਕਾਰੀ ਅਦਾਰੇ ਖਤਮ ਕਰਨੇ ਨੇ, ਇਹ ਕਹਿੰਦੇ ਪ੍ਰਾਈਵੇਟ ਵੱਲ ਨੂੰ ਤੱਕੀਏ। ਐਕਚੁਲੀ ਜੋ ਮੰਡੀਆਂ ਦੇ ਹਾਲਾਤ ਦੇਖੇ ਆ, ਤੁਸੀਂ ਆਪ ਸਾਰੀ ਮੰਡੀਆਂ 'ਚ ਫਿਰਦੇ ਰਹੇ ਹੋ, ਕੀ ਹਾਲਾਤ ਸੀਗੇ, ਠੀਕ ਹੈ ਜੀ, ਕਿਸਾਨਾਂ ਦਾ ਕੀ ਹਾਲਾਤ ਆ, ਅਤੇ ਆਮ ਲੋਕਾਂ ਦਾ ਕੀ ਹਾਲਾਤ ਹੋਏ ਹੋਏ ਨੇ, ਸਾਰੇ ਕੋਆਪਰੇਟਿਵ ਘਰਾਣੇ ਆ, ਇਕੱਲੀ ਨੂੰ ਸਾਨੂੰ ਧੱਕਿਆ ਜਾ ਰਿਹਾ। ਸਾਡੇ ਲੋਕਾਂ ਨੂੰ ਸੋਚਣਾ ਪਵੇਗਾ ਵੀ ਅਸੀਂ ਇਹਨਾਂ ਤੋਂ ਕਿੱਦਾਂ ਕੰਮ ਲੈਣਾ, ਕੀ ਸਟੈਂਡ ਲੈਣਾ ਅਸੀਂ, ਨਹੀਂ ਤਾਂ ਸਾਨੂੰ ਇਹ ਬਹੁਤ ਪ੍ਰਾਈਵੇਟ ਘਰਾਣਿਆਂ ਦੇ ਮੂੰਹ ਦੇ ਵਿੱਚ ਧੱਕ ਦੇਣਗੇ। ਆਮ ਕਰਕੇ ਦੇਖਿਆ ਜਾਂਦਾ ਬਾਈ ਜੀ, ਜਦੋਂ ਡਾਕਟਰਾਂ ਦੀਆਂ ਤਨਖਾਹਾਂ ਦੀ ਪ੍ਰੋਬਲਮ ਆਉਂਦੀ ਹੈ ਜਾਂ ਹੋਰ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਹੈ, ਹੜਤਾਲਾਂ 'ਤੇ ਚਲੇ ਜਾਂਦੇ, ਹੁਣ ਮਰੀਜ਼ਾਂ ਖਾਤਰ ਕਿਉਂ ਨਹੀਂ ਜਾ ਰਹੇ ਫਿਰ? ਹੁਣ ਵੀ ਜਾ ਸਕਦੇ ਸੀ। ਦੇਖੋ ਉਹ ਹੁਣ ਇਹ ਤਾਂ ਹੁਣ ਇਹ ਡਾਕਟਰ ਕਰਨ ਵੀ ਇੱਥੇ ਯਾਰ, ਉਹਨਾਂ ਦਾ ਬੇਬਸ ਨਜ਼ਰ ਆਏ, ਆਪਾਂ ਨੂੰ ਦੁਖੀ ਵੀ ਨਜ਼ਰ ਆਏ ਜੀ, ਉਹਨਾਂ ਨੇ ਆਪ ਦੁੱਖ ਦੱਸਿਆ। ਸਟਾਫ ਕੋਲ ਅਸੀਂ ਪਹੁੰਚੇ ਹਾਂ, ਸਾਰੀ ਬੇਬਸ ਨੇ, ਲਾਚਾਰ ਹੋਏ ਬੈਠੇ ਨੇ ਜੀ, ਅਸੀਂ ਕੀ ਕਰੀਏ, ਇੱਥੇ ਤਾਂ ਕੁਛ ਵੀ ਨਹੀਂ, ਕੋਈ ਪੁੱਛਦਾ ਹੀ ਨਹੀਂ ਜੀ ਹੈਗਾ। ਕਿਹਨੇ ਪੁੱਛਣਾ? ਸਰਕਾਰ ਨੇ ਪੁੱਛਣਾ ਯਾਰ, ਸਰਕਾਰ ਕਿੱਥੇ ਨਹੀਂ ਸੁੱਤੀ ਪਈ ਆ, ਇਕੱਲੇ ਬੜੇ ਬੜੇ ਬੋਰਡ ਲਾ ਤੇ ਜੀ, ਇੰਨੀ ਭਰਤੀ ਕਰ ਲਈ, ਅਸੀਂ ਇਹ ਕਰ ਲਿਆ, ਟੇਲਾਂ ਤੱਕ ਪਾਣੀ ਲੈ ਗਿਆ, ਮੈਨੂੰ ਦਿਖਾਓ ਸਾਡੇ ਕਿੱਥੇ ਟੇਲਾਂ ਤੱਕ ਪਾਣੀ ਚਲੇ ਗਿਆ, ਕਿਹੜੀਆਂ ਟੇਲਾਂ ਤੱਕ ਪਾਣੀ ਜਾ, ਲਾਹੌਰ ਜਾ ਕੇ ਕਰਤਾ ਕੰਮ ਤੁਸੀਂ, ਕੀਤਾ ਉਹ ਇੱਕਾ ਦੁੱਕਾ, ਪਰ ਇਹਨਾਂ ਨਾਲ ਕਹੋ ਵੀ ਅਸੀਂ ਬਹੁਤ ਜ਼ਿਆਦਾ ਕਰਤਾ, ਨਹਿਰੀ ਪਾਣੀ ਅਸੀਂ ਉਹ 'ਚ ਵੰਡਤਾ ਲਿਆ ਕੇ, ਕੁਛ ਵੀ ਨਹੀਂ ਜੀ ਕੀਤਾ, ਗੱਲਾਂ ਢਿੱਡਭੰਜ ਨੇ ਸਾਰੇ, ਹੋਰ ਕੁਛ ਨਹੀਂ ਹੈਗਾ, ਤੁਹਾਡੇ ਸਾਹਮਣੇ ਆਪਾਂ ਦੇਖ ਰਹੇ ਹਾਂ ਗਰਾਊਂਡ ਜ਼ੀਰੋ ਤੋਂ। ਜਗਤਾਰ ਸਿੰਘ ਜੀ ਉਹ ਕਹਿ ਰਹੇ ਵੀ ਸਮਾਂ ਦੇ ਦਿਓ ਭਾਈ, 70 ਸਾਲ ਦਾ ਗੰਦ ਪਿਆ ਹੋਇਆ, ਇਹਨੂੰ ਹੁੰਝਣ ਦੇ ਲਈ ਸਮਾਂ ਲੱਗਦਾ ਹੁੰਦਾ ਵੀ, ਇੰਨੀ ਕਾਹਲੀ ਨਾ ਕਰਿਆ ਕਰੋ ਜਿਵੇਂ ਹੁਣ ਤੁਸੀਂ ਸਾਨੂੰ ਸੱਦਿਆ। ਇਲੈਕਸ਼ਨ ਤੋਂ ਪਹਿਲਾਂ ਤਾਂ ਕਹਿੰਦੇ ਸੀ ਇੱਦਾਂ ਕੰਮ ਕਰਾਂਗੇ, ਚੁਟਕੀਆਂ 'ਚ MSP ਦੇਵਾਂਗੇ, 24 ਘੰਟੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸ ਗੱਲ 'ਚ ਸਮਾਂ ਦਈਏ ਸਮੇਂ? ਜਿਹੜੇ ਤੁਸੀਂ ਮਹੱਲਾ ਕਲੀਨਿਕਾਂ ਅਤੇ ਆਮ ਆਦਮੀ ਕਲੀਨਿਕ ਬਣਾਏ ਆ, ਇੰਨਾ ਇੰਨਾ ਪੈਸਾ ਲਾਇਆ ਉਹਨਾਂ 'ਤੇ, ਉਹ ਤੁਸੀਂ ਬਾਅਦ 'ਚ ਕਰ ਲੈਂਦੇ, ਪਹਿਲਾਂ ਇਹਨਾਂ ਨੂੰ ਅਪਡੇਟ ਕਰ ਲੈਂਦੇ ਜਿਹੜਾ ਚੱਲਦਾ ਸੀ ਸਿਸਟਮ, ਉਹ ਸਿਰਫ ਕਾਹਦੇ ਵਾਸਤੇ ਵੀ ਲੋਕਾਂ ਨੂੰ ਦੂਜੀਆਂ ਸਟੇਟਾਂ 'ਚ ਦਿਖਾਉਣ ਵਾਸਤੇ ਵੀ ਅਸੀਂ ਆਹ ਕੰਮ ਕਰਦੇ, ਵੋਟਾਂ ਲੈਣ ਵਾਸਤੇ? ਤੁਸੀਂ ਹਰ ਇੱਕ ਪਾਸੇ ਨੂੰ ਪੰਜਾਬ ਨੂੰ ਵਰਤ ਰਹੇ ਹੋ, ਪੰਜਾਬ ਦਾ ਪੈਸਾ ਤੁਸੀਂ ਬਾਹਰਲੀਆਂ ਸਟੇਟਾਂ 'ਚ ਜਾ ਕੇ ਐਡਵਰਟਾਈਜ਼ਮੈਂਟ ਦਿੰਦੇ ਆ ਵੀ ਅਸੀਂ ਉੱਥੇ ਕੰਮ ਕਰਦੇ ਹਾਂ, ਗਰਾਊਂਡ ਰਿਐਲਿਟੀ 'ਤੇ ਕੁਛ ਨਹੀਂ ਕਰਦੇ, ਮਤਲਬ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਤੁਸੀਂ ਕੰਮ ਕਰਦੇ ਹੋ, ਸਮਾਂ ਤੁਹਾਨੂੰ ਹੋਰ ਕਿੰਨਾ ਚਾਹੀਦਾ? ਲੋਕਾਂ ਨੂੰ ਮੂਰਖ ਨਹੀਂ ਬਾਈ ਜੀ, ਸਿਹਤ ਦਾ ਤਾਂ ਲੋਕਾਂ ਦੀ ਤਾਂ ਧਿਆਨ ਰੱਖਿਆ ਹੀ ਜਾਂਦਾ, ਇਹ ਗੱਲ ਨਹੀਂ ਤੁਸੀਂ ਕਹਿ ਸਕਦੇ।
ਡੱਲੇਵਾਲ ਸਾਹਿਬ ਨੇ ਉਹ ਕਰਨਾ ਸੀ ਜੀ, ਪਰ ਦੇਖੋ ਉਹ ਕਹਿੰਦੇ ਸਾਨੂੰ ਇੰਨਾ ਫਿਕਰ ਹੋਇਆ ਸਿਹਤ ਦਾ ਜੀ, ਉਹਨਾਂ ਨੇ ਚੱਕ ਕੇ ਜੀ ਦੇਖੋ DMC ਪਜਾਇਆ ਜੀ ਉਹਨਾਂ ਨੂੰ। ਬਿਲਕੁਲ ਜੀ, ਉਹਨਾਂ ਨੂੰ ਸਿਹਤ ਦਾ ਉੱਥੇ ਧਿਆਨ ਆ ਗਿਆ, ਜਾਂ ਸਾਲ ਤੋਂ ਬੈਠੇ 9 ਮਹੀਨੇ ਹੋ ਗਏ ਉੱਥੇ ਬੈਠਿਆਂ ਨੂੰ, ਪਹਿਲਾਂ ਉਹਨਾਂ ਨੂੰ ਕੋਈ ਧਿਆਨ ਨਹੀਂ ਸੀ, ਹੁਣ ਦੇਖਿਆ ਵੀ ਅਨਸ਼ਨ ਲੱਗੇ ਆ ਕਰਨ, ਅਤੇ ਹੁਣ ਇਹਨਾਂ ਨੂੰ ਸਿਹਤ ਦਾ ਧਿਆਨ ਆ ਗਿਆ। ਸਰਕਾਰ ਵੀ ਸੈਂਟਰ ਦੇ ਅੰਦਰ ਚੱਲ ਰਹੀ ਆ, ਪੰਜਾਬ ਸਰਕਾਰ ਨੂੰ ਕੀ ਮਤਲਬ ਸੀ ਉਹਨਾਂ ਦੇ ਅਨਸ਼ਨ ਵਾਲੀ, ਤਾਂ ਸੈਂਟਰ ਨਾਲ ਲੜਾਈ ਚੱਲਦੀ ਆ ਨਾ, ਪੰਜਾਬ ਸਰਕਾਰ ਨੇ ਕਿਉਂ ਮਤਲਬ ਇਹ ਭਾਜਪਾ ਦੀ RSS ਦੀ 20 ਟੀਮ ਚੱਲ ਰਹੀ ਆ ਪੰਜਾਬ 'ਚ, ਲੋਕਾਂ ਨੂੰ ਸਮਝਣਾ ਪੈਣਾ। ਜਿਹੜੀ ਤੁਸੀਂ ਗੱਲ ਕਹੀ ਸੀ ਵੀ 3 ਜੱਤ ਜਿੱਤ ਗਏ ਆ, ਆਪਾਂ ਨੂੰ ਪਤਾ ਹੀ ਆ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਆ ਉਹ ਕਿੱਦਾਂ ਇਲੈਕਸ਼ਨ ਜਿੱਤਦੀ ਆ, ਕਿੱਦਾਂ ਲੋਕਾਂ ਦੇ ਪ੍ਰੈਸ਼ਰ ਪਾਏ ਜਾਂਦੇ ਆ, ਕਿੱਦਾਂ ਲਾਲਚ ਦੇ ਜਾਂਦੇ ਆ, ਕਿੱਦਾਂ ਦਬਾਅ ਨਾਲ ਜਿੱਤੇ ਜਾਂਦੇ ਆ। ਇੱਕ ਮਤਲਬ ਇਮਾਨਦਾਰੀ ਨਾਲ ਕਦੇ ਨਹੀਂ ਜਿੱਤ ਸਕਦੇ ਜੀ, ਇਹ ਇੱਕ ਵੀ ਇਲੈਕਸ਼ਨ ਨਹੀਂ ਹੋਣੇ ਜਿੱਤ ਸਕਦੇ ਜੇ ਇਮਾਨਦਾਰੀ ਨਾਲ ਇਲੈਕਸ਼ਨ ਕਰਾਉਣ, ਜਿੱਦਾਂ ਇਹ ਕਹਿੰਦੇ ਹੁੰਦੇ ਸੀ ਇਮਾਨਦਾਰੀ ਨਹੀਂ ਹੈਗੀ, ਇਹ ਚੀਜ਼ 'ਚ ਨਹੀਂ ਉਹਦੇ 'ਚ, ਜਦ ਦੂਜੀਆਂ ਸਟੇਟਾਂ 'ਚ ਪਿੱਟਦੇ ਆ ਹੈ ਨਾ, ਕੇਜਰੀਵਾਲ ਪਿੱਟਦਾ ਵੀ ਇੱਥੇ ਸਹੀ ਨਹੀਂ ਇਲੈਕਸ਼ਨ ਹੋ ਰਹੀ ਹੈ, ਇਹ ਨਹੀਂ ਪੰਜਾਬ 'ਚ ਇਮਾਨਦਾਰੀ ਨਾਲ ਕਰਕੇ ਦਿਖਾਉਣ, ਜੇ ਇੱਕ ਵੀ ਸੀਟ ਜਿੱਤ ਜਾਣ ਇਹ। ਅਤੇ ਤੁਸੀਂ ਕਿਵੇਂ ਵੇਖਦੇ ਹੋ ਡੱਲੇਵਾਲ ਸਾਹਿਬ ਨੂੰ ਸਿਹਤ ਦਾ ਕਹਿ ਦਿੱਤਾ ਗਿਆ, ਇੱਥੇ ਭਾਈ ਸਿਹਤ ਦਾ ਕਿਸੇ 'ਤੇ ਧਿਆਨ ਹੀ ਨਹੀਂ? ਬਿਲਕੁਲ, ਕਿਉਂਕਿ ਉਹ ਹੁਣ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈਣੀ ਸੀ ਨਾ, ਵੀ ਡੱਲੇਵਾਲ ਸਾਹਿਬ ਬੈਠਣ ਲੱਗੇ ਹਾਂ, ਉਹਨਾਂ ਦੀ ਸਿਹਤ ਦਾ ਅਸੀਂ ਧਿਆਨ। ਇਹ ਦੇਖੋ ਢੜਪੰਜ, ਦੇਖੋ ਅਸੀਂ ਆਪਣੇ ਪੁਲਿਸ ਨੇ ਦਿੱਤਾ ਇਹ ਬਿਆਨ ਦਿੱਤਾ ਵੀ ਅਸੀਂ ਨਾ ਜੀ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਦੇਖਦੇ ਹੋਏ ਅਸੀਂ ਚੱਕ ਕੇ ਲੈ ਗਏ ਰਾਤ ਨੂੰ। ਉਹ ਤੁਸੀਂ ਚੱਕ ਕੇ ਲੈ ਕੇ ਜਾਣਾ ਵੈਸੇ ਸਿਹਤ ਨੂੰ, ਉਹ 8 ਮਹੀਨੇ ਹੋ ਗਏ ਸਾਨੂੰ ਬੈਠਿਆਂ ਨੂੰ, 13 ਫਰਵਰੀ ਦੇ ਬੈਠੇ ਹਾਂ, ਜੱਦੀ ਸਿਹਤ ਕਿੱਥੇ ਚਲੇ ਗਈ ਸੀ? ਜੱਦੇ ਤਾਂ 20 ਵਾਰ ਬਿਮਾਰ ਹੋ ਲਏ ਡੱਲੇਵਾਲ ਸਾਹਿਬ, ਜਦੋਂ ਤਾਂ ਕਿਸੇ ਨੇ ਮੁਫਤ ਸਮਾਵਾਂ ਦਿੱਤੀਆਂ ਨਹੀਂ ਜਾਂ ਚੱਕ ਕੇ ਨਹੀਂ ਲੈ ਕੇ ਗਏ ਵੀ ਡੱਲੇਵਾਲ ਸਾਹਿਬ ਬਿਮਾਰ ਹੋ ਗਏ, ਛੇਤੀ ਲੈ ਜਾਈਏ। ਰਾਤ ਨੂੰ ਹਨੇਰੀ ਆ ਗਈ ਸੀ, 3 ਵਜੇ ਡੱਲੇਵਾਲ ਸਾਹਿਬ ਇੰਨੇ ਕਿੰਨੇ ਕੁ ਬਿਮਾਰ ਹੋ ਗਏ ਸੀ, ਉਹ ਤਾਂ ਹਜੇ ਬੈਠਣਾ ਸੀ ਉਹਨਾਂ ਨੇ, ਬੈਠ ਕੇ ਦੇਖਦੇ ਉਹਦੇ ਬਾਅਦ ਸਾਈਡ ਢਿੱਲੀ ਹੁੰਦੀ, ਫਿਰ ਦੇਖਦੇ ਵੀ ਹਾਂ ਕਿੰਨਾ ਕੁ ਸੇ ਇਹ ਕਿੰਨਾ ਕੁ ਉਹ ਕਰਦੇ ਨੇ। ਇਹ ਸਾਰੇ ਢਡਵਾਂਜ ਨੇ ਜੀ, ਦਿਖਾਉਣ ਦਾ ਉਹ ਆ ਸੈਂਟਰ ਦੇ ਅੰਡਰ ਚੱਲ ਰਿਹਾ ਵੀ ਤੁਸੀਂ ਇਹਨਾਂ ਨੂੰ ਅਨਸ਼ਨ 'ਤੇ ਨਾ ਬੈਠਣ ਦਿਓ ਤਾਂ ਕਿ ਮੰਗਾਂ ਨਾ ਮੰਨੀਆਂ ਜਾਣ। ਸੋ ਬਿਲਕੁਲ ਜੀ, ਇੱਕ ਵਾਰ ਦੱਸ ਦਈਏ ਕਿ ਸਰਕਾਰੀ ਹਸਪਤਾਲ ਰੂਪਨਗਰ ਦਾ ਹਾਲ ਮਾੜਾ ਹੋ ਚੁੱਕਿਆ, ਅਤੇ ਬਾਈ ਜੀ ਇੱਥੇ ਸਟਾਫ ਦੀ ਜਿਹੜਾ ਵੀ ਡਾਕਟਰ ਤੁਹਾਨੂੰ ਕਹਿੰਦੇ ਆ ਇੱਕ ਵਾਰ ਦਿਖਾ ਦਈਏ ਅੰਦਰੋਂ। ਗੁਰਪ੍ਰੀਤ ਆ ਜਿਓ। ਸੋ ਵੇਖ ਸਕਦੇ ਹੋ ਤੁਸੀਂ ਮਰੀਜ਼ ਤੁਹਾਨੂੰ ਨਹੀਂ ਦਿਖਣੇ ਕਿਉਂਕਿ ਉਹਨਾਂ ਨੇ ਮਰੀਜ਼ ਭੇਜਤੇ, ਅੱਜ ਕਹਿੰਦੇ ਡਾਕਟਰ ਟ੍ਰੇਨਿੰਗ 'ਤੇ ਆ, ਸੋ ਆਹ ਲਗਾ ਦਿੱਤੇ ਗਏ ਆ, ਆਹ ਡਾਕਟਰ 27 ਤਰੀਕ ਨੂੰ ਟ੍ਰੇਨਿੰਗ 'ਤੇ ਆ, ਡਾਕਟਰ ਪੁਨੀਤ ਸੈਣੀ ਜੀ। ਸੋ ਦੇਖ ਲਓ ਜੀ, ਅੱਖਾਂ ਦੇ ਮਾਹਿਰ, ਇਹ ਵੀ ਬੰਦ ਹੈ ਜੀ, ਅੱਖਾਂ ਦੇ ਮਾਹਿਰ ਬੰਦ ਹੈ। ਤੁਸੀਂ ਹੈਗੇ? ਸੋ ਪੁਨੀਤ ਸੈਣੀ ਜੀ ਹੈ ਨਹੀਂ, ਇੱਕ ਡਾਕਟਰ ਲਵਨੀਨ ਜੀ, ਇਹ ਵੀ ਨਹੀਂ ਹੈਗੇ ਜੀ, ਇਹ ਵੀ ਜਿੰਦਾ ਲੱਗਾ ਹੋਇਆ। ਸੋ ਅੱਗੇ ਵੀ ਆਹ ਦੇਖ ਲਓ ਜੀ, ਹਾਂਜੀ। ਸੋ ਉਹ ਦੱਸਦੇ ਆ ਜਦੋਂ ਆਪਾਂ ਗੱਲਬਾਤ ਕੀਤੀ ਆ ਉਹਨਾਂ ਦੇ ਨਾਲ ਸਟਾਫ ਦੇ ਨਾਲ, ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਉਹ ਕਹਿੰਦੇ ਜੀ ਸਟਾਫ ਦੀ ਕਿਸੇ ਦੀ ਜੀ ਜੇਲ੍ਹ ਦੇ ਵਿੱਚ ਡਿਊਟੀ ਲਾ ਦਿੰਦੇ ਆ, ਕਿਸੇ ਨੂੰ ਐਮਰਜੈਂਸੀ 'ਤੇ ਭੇਜ ਦਿੱਤਾ ਜਾਂਦਾ, ਪਰ ਪਿੱਛੇ ਕੋਈ ਵੀ ਡਾਕਟਰ ਨਹੀਂ ਹੁੰਦਾ। ਜੇ ਇੱਕ ਡਾਕਟਰ ਚਲੇ ਗਿਆ ਜਿਹਨੂੰ ਹਿਸਟਰੀ ਪਤਾ ਹੁੰਦਾ, ਕਿਸੇ ਡਾਕਟਰ ਨੂੰ ਕਿਸੇ ਮਰੀਜ਼ ਦੀ ਹਿਸਟਰੀ ਬਾਰੇ ਪਤਾ ਹੁੰਦਾ, ਜਦੋਂ ਉਹ ਛੁੱਟੀ 'ਤੇ ਚਲੇ ਜਾਂਦਾ ਫਿਰ ਉਹ ਮਰੀਜ਼ ਦਾ ਇਲਾਜ ਜਿਹੜਾ ਹੈਗਾ ਉਹ ਦਰੁਸਤ ਨਹੀਂ ਹੁੰਦਾ। ਇਸ ਕਰਕੇ ਇਹਦੇ ਹਾਲਾਤ ਸੁਧਾਰਨੇ ਚਾਹੀਦੇ ਆ। ਸਿਵਲ ਸਰਜਨ ਇਹਦੇ ਵਿੱਚ ਜਾਂ SMO ਸਾਹਿਬ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਅਜਿਹਾ ਕਿਉਂ ਹੈ, ਹਾਲਾਂਕਿ ਦਾਅਵੇ ਤਾਂ ਕੀਤੇ ਜਾਂਦੇ ਆ ਸਿਹਤ ਸਹੂਲਤਾਂ ਵਧੀਆ ਦੇਣ ਦੇ, ਡੱਲੇਵਾਲ ਸਾਹਿਬ ਨੂੰ ਚੁੱਕ ਕੇ ਉਹਨਾਂ ਦੀ ਸਿਹਤ ਦੀ ਪਰਵਾਹ ਜਿਹੜੀ ਕੀਤੀ ਜਾਂਦੀ ਹੈ ਕਿਹਾ ਜਾਂਦਾ ਹੈ, ਅਤੇ ਇੱਥੇ
ਮਰੀਜ਼ ਡੱਲੇਵਾਲ ਅਤੇ ਹੋਰ ਮਰੀਜ਼ਾਂ ਦੇ ਵਿੱਚ ਕੀ ਫਰਕ ਸਮਝਿਆ ਜਾਂਦਾ, ਇਹ ਵੀ ਹੁਣ ਸਵਾਲ ਹੈ। ਪਰ ਜ਼ਰੂਰ ਕੋਸ਼ਿਸ਼ ਕਰਦੇ ਹਾਂ SMO ਸਾਹਿਬ ਨਾਲ ਜਾਂ ਸਿਵਲ ਸਰਜਨ ਦੇ ਨਾਲ ਗੱਲਬਾਤ ਕਰਨ ਦੀ। ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ। ਸੋ SMO ਸਾਹਿਬ ਨਾਲ ਗੱਲਬਾਤ ਕਰਨ ਆਏ ਸੀਗੇ, ਪਰ ਉਹਨਾਂ ਦਾ ਇਹ ਦਫ਼ਤਰ ਹੈ, ਅੰਦਰ ਦਿਖਾ ਦਿਓ ਇੱਕ ਵਾਰ। ਕਹਿੰਦੇ ਜੀ ਮੀਟਿੰਗ 'ਤੇ ਗਏ ਹੋਏ ਆ ਅੱਜ, DC ਸਾਹਿਬਾ ਮੀਟਿੰਗ ਲੈ ਰਹੇ ਆ ਕਹਿੰਦੇ ਜੀ। ਅਤੇ ਹਸਪਤਾਲ ਦੇ ਵਿੱਚ ਨਾ ਤਾਂ ਡਾਕਟਰ ਹੈ ਨਾ ਆਫਿਸਰ ਹੈ, ਸੋ ਮੀਟਿੰਗਾਂ ਦੇ ਵਿੱਚ ਬਿਜ਼ੀ ਨੇ। ਸੋ ਕੀ ਮੀਟਿੰਗ ਹੈ, ਕਿਸ ਬਾਰੇ ਹੈ ਤਾਂ ਨਹੀਂ ਪਤਾ। ਖੈਰ, ਅਸੀਂ ਗੱਲਬਾਤ ਕਰਨ ਦੇ ਲਈ ਆਏ ਸੀਗੇ, ਕੋਸ਼ਿਸ਼ ਕਰਾਂਗੇ ਵੀ ਬਾਅਦ ਦੇ ਵਿੱਚ ਜ਼ਰੂਰ SMO ਸਾਹਿਬ ਦੇ ਨਾਲ ਗੱਲਬਾਤ ਅਸੀਂ ਕਰੀਏ, ਡਾਕਟਰ ਰੁਪਿੰਦਰ ਸਿੰਘ ਜੀ ਦੇ ਨਾਲ ਜਾਂ ਫਿਰ ਸਿਵਲ ਸਰਜਨ ਦੇ ਨਾਲ। ਪਰ ਦੱਸ ਰਹੇ ਆ ਕਹਿੰਦੇ ਸਾਰੇ ਆਫਿਸਰ, ਅੱਜ ਆਫਿਸਰ ਰੈਂਕ ਦੇ ਜਿਹੜੇ ਡਾਕਟਰ ਨੇ ਉਹ ਸਾਰੇ ਮੀਟਿੰਗ 'ਤੇ ਬੁਲਾਏ ਹੋਏ ਨੇ।